ਦੇਖੋ ਕ੍ਰਿਸਮਿਸ ਸਾਡੇ ਮਨਾਉਣ ਤੋਂ ਕੋਈ ਹੋ ਨਹੀਂ ਹੈਗਾ, ਕ੍ਰਿਸਮਿਸ ਮਨਾ ਸਕਦੇ ਨੇ, ਪਰ ਇੱਕ ਘਰ ਦੇ ਵਿੱਚ ਛੋਟੇ ਸਾਹਿਬਜ਼ਾਦੇ ਸ਼ਹੀਦੀਆਂ ਦੇ ਰਹੇ ਨੇ, ਮੰਨ ਲਓ ਚਲੋ ਇੱਕ ਘਰ ਦੇ ਵਿੱਚ ਇੱਕ ਬੱਚਾ ਚੜ੍ਹਾਈ ਕਰ ਜਾਵੇ, ਨਾਲ ਦੇ ਘਰ 'ਚ ਵਿਆਹ ਹੋਵੇ, ਕੀ ਉਹ ਡੀਜੇ ਲਾਉਂਦੇ ਚੰਗੇ ਲੱਗਦੇ ਨੇ ਜੀ? ਤੁਸੀਂ ਸੋਚੋ 7 ਸਾਲ ਦਾ ਅਤੇ 9 ਸਾਲ ਦੇ ਦੋ ਮਾਸੂਮ ਬੱਚੇ ਚੜ੍ਹਾਈ ਕਰ ਜਾਣ ਘਰ ਦੇ ਵਿੱਚ, ਅਤੇ ਨਾਲ ਗਵਾਂਢੀ ਡੀਜੇ ਲਾ ਲਾ ਨੱਚਣ, ਨਹੀਂ ਅਸੀਂ ਉਹਨਾਂ ਦੀ ਖੁਸ਼ੀ ਤੋਂ ਨਹੀਂ ਕਹਿੰਦੇ, ਖੁਸ਼ੀ ਸਾਰੇ ਜਿਹੜਾ ਮਨਾਉਣ ਕ੍ਰਿਸਚਨ ਭਾਈਚਾਰੇ ਨੂੰ, ਸਾਰੇ ਨੂੰ ਜਿਹੜਾ ਖੁਸ਼ੀਆਂ ਮਨਾ ਲੈਣ, ਪਰ ਅਸੀਂ ਕਹਿੰਦੇ ਜੇ 2 ਕੁ ਦਿਨ ਸਾਰੇ ਭੈਣ ਭਰਾ ਖੜ ਜਾਣ। ਕ੍ਰਿਸਚਨ ਭਾਈਚਾਰੇ ਦੇ ਫੰਕਸ਼ਨ ਚੱਲ ਰਹੇ ਨੇ ਜਿਹੜੇ, ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਹਾਂ, ਸਾਡੇ ਨਾਲ ਬੜੇ ਵੀਰ ਭਰਾ ਜੁੜੇ ਨੇ ਸੰਸਥਾ ਦੇ ਵਿੱਚ, ਵੀ ਜੇਕਰ ਆਪਾਂ ਸਭਾ ਵਾਲੇ 3 ਦਿਨਾਂ ਤੋਂ ਬਾਅਦ ਜੇ ਫੰਕਸ਼ਨ ਰੱਖੀਏ ਤਾਂ ਜਿਹੜਾ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਇਕੱਠੇ ਹੋ ਕੇ ਜਿਹੜਾ ਕ੍ਰਿਸਚਨ ਨੂੰ ਮਨਾਇਆ ਜਾ ਸਕਦਾ, ਪਰ ਅੱਜ ਦੁੱਖ ਦੀ ਘੜੀ ਐਸੀ ਆ ਜੀ, ਇੱਥੇ ਜਿਹੜਾ ਖੁਸ਼ੀ ਨਹੀਂ ਮਨਾਈ ਜਾ ਸਕਦੀ। ਭੁੰਜੇ ਵੀ ਪੈਂਦੇ ਨੇ ਦਿਨਾਂ ਦੇ ਵਿੱਚ, ਅਸੀਂ ਕਹਿੰਦੇ ਵੀ ਪਹਿਲਾਂ ਆਪਾਂ ਨੂੰ ਨਾ ਆਪਣਾ ਮਨ ਧੋਣ ਦੀ ਲੋੜ ਆ, ਭੁੰਜੇ ਪੈਣ ਦੇ ਨਾਲ ਨਾਲ ਆਪਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੀ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਉਹੀ ਸਿਦਕ ਦੇ ਦਿਓ ਜਿਹੜਾ ਬਾਬਾ ਅਜੀਤ ਸਿੰਘ ਜੀ ਨੂੰ ਦਿੱਤਾ। ਜਿਹੜੇ ਵਿਦੇਸ਼ਾਂ 'ਚ ਵੀ ਜਿਹੜੇ ਸਾਡੇ ਭੈਣ ਭਰਾ ਗਏ ਨੇ, ਅਸੀਂ ਉਹਨਾਂ ਅੱਗੇ ਵੀ ਬੇਨਤੀ ਕਰਦੇ ਹਾਂ, ਤੁਸੀਂ 10 ਦਿਨ ਨੂੰ ਆਓ, 20 ਦਿਨ ਨੂੰ ਆਓ, 1 ਮਹੀਨੇ ਨੂੰ ਆਓ, ਪਰ ਤੁਸੀਂ ਆਪਣੇ ਪਰਿਵਾਰਾਂ ਨੂੰ ਇੱਕ ਵਾਰੀ ਫਤਿਹਗੜ੍ਹ ਸਾਹਿਬ ਜ਼ਰੂਰ ਲੈ ਕੇ ਆਓ। ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਖੜ੍ਹੇ ਹਾਂ, ਸ਼ਹੀਦੀ ਦਿਨ ਚੱਲ ਰਹੇ ਨੇ, ਬਾਈ ਪਾਲ ਖਰੌੜ ਪਹੁੰਚੇ ਨੇ, ਗੱਲ ਕਰਦੇ ਹਾਂ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਆਪਾਂ ਗੱਲ ਇੱਥੇ ਸ਼ੁਰੂ ਕਰਦੇ ਹਾਂ ਕਿ ਭਾਵਨਾ, ਸੇਵਾ ਦੀ ਭਾਵਨਾ, ਜਿਵੇਂ ਲੰਗਰ ਲੱਗ ਰਹੇ ਨੇ ਜਾਂ ਇੱਥੇ ਦਵਾਈਆਂ ਦਾ ਲੰਗਰ ਲੱਗਿਆ, ਇਹ ਵੀ ਸੇਵਾ ਹੀ ਹੈ ਇੱਕ, ਕਿ ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਤਾਂ ਇੱਥੇ ਆਉਂਦੇ ਨੇ। ਤੁਸੀਂ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਪੰਜਾਬ ਦੇ ਵਿੱਚ, ਉਹ ਮਰੀਜ਼ ਮਾਨਸਿਕ ਰੋਗੀ ਜਿਨ੍ਹਾਂ ਨੂੰ ਅਸੀਂ ਨਕਾਰਾ ਕਹਿ ਕੇ ਛੱਡ ਦਿੰਦੇ ਹਾਂ ਵੀ ਸਾਡੇ ਤੋਂ ਸਾਂਭ ਨਹੀਂ ਰਹੇ, ਤਾਂ ਇੱਥੇ ਆ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਧਰਤੀ 'ਤੇ? ਦੇਖੋ ਵੀਰੇ ਜੀ, ਪਹਿਲੀ ਗੱਲ ਸਾਡੇ ਲਈ ਬੜੀ ਉੱਤਮ ਧਰਤੀ ਆ ਜੀ, ਜਿਹੜਾ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਕਾਹਦੇ ਲਈ ਦਿੱਤੀਆਂ, ਮਤਲਬ ਅਸੀਂ ਮਹਿਸੂਸ ਇਹ ਕਰਦੇ ਹਾਂ ਵੀ ਸਾਨੂੰ ਭੈਣ ਭਰਾਵਾਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਵੀ ਜੇ ਆਪਾਂ ਸਾਹਿਬਜ਼ਾਦਿਆਂ ਦੀ ਧਰਤੀ 'ਤੇ ਆਇਆ ਨਾ ਤਾਂ ਪ੍ਰਣ ਕਰਕੇ ਜਾਈਏ, ਪਹਿਲਾਂ ਤਾਂ ਕੇਸ 'ਤੇ ਦਾੜਾ ਰੱਖਣਾ ਆਪਾਂ ਨੇ, ਅੰਮ੍ਰਿਤ ਸੱਚੇ ਪਾਤਸ਼ਾਹ ਵਾਹਿਗੁਰੂ ਆਪਾਂ ਨੂੰ ਫਿਰ ਦੇ ਦੂਗਾ, ਪਰ ਪਹਿਲਾਂ ਆਪਾਂ ਕੇਸ 'ਤੇ ਦਾੜਾ ਰੱਖ ਕੇ ਜਾਣਾ ਜੀ, ਸਾਰੇ ਜਾਣੇ, ਸਾਡੀਆਂ ਮਾਤਾਵਾਂ ਅੱਗੇ ਸਾਡੀ ਇਹ ਬੇਨਤੀ ਆ ਵੀ ਜਦੋਂ ਮਾਂ ਘਰ ਦੇ ਵਿੱਚ ਅੰਮ੍ਰਿਤਧਾਰੀ ਜਾਂ ਮਾਂ ਕੇਸ ਦਾੜਾ ਰੱਖਦੀਆਂ ਨਾ, ਤਾਂ ਨਾਲ ਨਾਲ ਜਿਹੜੇ ਉਹਦੇ ਪੁੱਤ ਪੋਤੇ ਹੁੰਦੇ ਨੇ ਨਾ, ਉਹ ਵੀ ਅੰਮ੍ਰਿਤਧਾਰੀ ਜਿਹੜੇ ਬਣਦੇ ਨੇ ਕੇਸ ਦਾੜੇ ਵਾਲੇ। ਇਸ ਕਰਕੇ ਲੰਗਰਾਂ ਦੇ ਨਾਲ ਨਾਲ ਸਾਨੂੰ ਇਹ ਵੀ ਸੇਵਾ ਕਰਨੀ ਚਾਹੀਦੀ, ਇਹਨੂੰ ਜਾਗਰੂਕ ਕਰਨਾ ਚਾਹੀਦਾ ਵੀ ਆਪਾਂ ਨੌਜਵਾਨਾਂ ਨੂੰ ਇਹ ਵਾਲੇ ਰਸਤੇ ਤੋਰੀਏ ਵੀ ਉਹ ਕੇਸ ਦਾੜਾ ਰੱਖ ਕੇ ਜਾਣ, ਕਿਉਂਕਿ ਸ਼ਹੀਦੀ ਕਾਹਦੇ ਲਈ ਹੋਈ ਵੀਰ ਜੀ? ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਲੜਾਈ ਹੀ ਇੱਕ ਵੱਖਰਾ ਦਿਖਾਉਣ ਦੀ ਸੀਗੀ ਸਾਡੀ, ਛੋਟੇ ਸਾਹਿਬਜ਼ਾਦਿਆਂ ਨੇ ਇੰਨੇ ਕੁ ਤਸੀਹੇ ਝੱਲੇ ਫਿਰ ਵੀ ਨਹੀਂ ਡੋਲੇ, ਤਾਂ ਇਸ ਕਰਕੇ ਸਿੱਖ ਨੂੰ ਖਤਮ ਤਾਂ ਕੋਈ ਨਹੀਂ ਕਰ ਸਕਦਾ, ਪਰ ਉਰੇ ਭਾਵਨਾ ਸਾਨੂੰ ਇਹ ਲੈ ਕੇ ਆਉਣੀ ਚਾਹੀਦੀ ਆ ਵੀ ਉਰੇ ਸਾਡੀ ਬਹੁਤ ਵੱਡੀ ਧਰਤੀ ਆ। ਜਿਹੜੀ ਲੰਗਰਾਂ ਦੀ ਪ੍ਰਥਾ ਦੇਖੋ ਤੁਸੀਂ, ਗੁਰੂ ਸਾਹਿਬ ਦੀ ਕਿੱਡੀ ਕਿਰਪਾ ਵੀਰੇ, ਅੱਜ ਦਵਾਈਆਂ ਦੇ ਲੰਗਰ ਲੱਗ ਰਹੇ ਨੇ, ਉਹ ਤਾਂ ਸੋਚਦੇ ਸੀਗੇ ਵੀ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਆਵਾਜ਼ ਆ, ਗੁਰੂ ਸਾਹਿਬ ਦੀ ਆਵਾਜ਼, ਉਹਨੂੰ ਬੰਦ ਕਰ ਦਿੱਤਾ ਜਾਊਗਾ, ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ, ਪਰ ਉਹ ਨੀਹਾਂ ਦੇ ਵਿੱਚ ਐਸੇ ਖੜੇ, ਸਾਡੀਆਂ ਨੀਹਾਂ ਮਜ਼ਬੂਤ ਕਰ ਗਏ ਵੀਰੇ, ਸਾਨੂੰ ਸਾਰਿਆਂ ਨੂੰ ਪ੍ਰਣ ਲੈਣ ਦੀ ਲੋੜ ਆ ਵੀਰੇ, ਸਿੱਖੀ ਵਾਲੇ ਰਸਤੇ ਤੁਰੀਏ ਜੀ। ਜਿਵੇਂ ਇਹਨਾਂ ਦਿਨਾਂ ਦੇ ਵਿੱਚ ਕ੍ਰਿਸਮਿਸ ਵੀ ਆ ਜਾਂਦੀ ਹੈ, ਇੱਕ ਵਿਚਾਰ ਇਹ ਚੱਲਦਾ ਕਿ ਕ੍ਰਿਸਮਿਸ ਨਹੀਂ ਮਨਾਉਣੀ ਗੀ ਜਾਂ ਸਾਡੇ ਬੰਦੇ ਨਹੀਂ ਮਨਾ ਸਕਦੇ ਗੇ, ਪਰ ਗੁਰੂ ਕਹਿ ਗਏ ਨੇ ਸਾਰੇ ਧਰਮਾਂ ਦਾ ਸਤਿਕਾਰ ਹੈ। ਮੈਂ ਇੱਕ ਪ੍ਰਦਰਸ਼ਨੀ ਵੀ ਦੇਖ ਰਿਹਾ ਸੀ, ਉੱਥੇ ਸਾਰੇ ਧਾਰਮਿਕ ਸਥਾਨਾਂ ਨੂੰ ਇੱਕ ਥਾਂ 'ਤੇ ਇਕੱਠਾ ਕੀਤਾ ਜੀ। ਆਪਾਂ ਸ਼੍ਰੀ ਹਰਿਮੰਦਰ ਸਾਹਿਬ ਦੀ ਗੱਲ ਕਰਦੇ ਹਾਂ ਕਿ 4 ਦਰਵਾਜ਼ੇ ਨੇ, ਕੋਈ ਵੀ ਧਰਮ ਦਾ ਬੰਦਾ ਆ ਸਕਦਾ, ਇੱਥੇ ਮੁਸਲਿਮ ਭਾਈਚਾਰਾ ਵੀ ਲੰਗਰ ਲਾ ਕੇ ਬੈਠਾ ਹੈਗਾ, ਤਾਂ ਸਾਨੂੰ ਸਤਿਕਾਰ ਕਰਨਾ ਬਣਦਾ ਸਾਰੇ। ਦੇਖੋ ਕ੍ਰਿਸਮਿਸ ਸਾਡੇ ਮਨਾਉਣ ਤੋਂ ਕੋਈ ਹੋ ਨਹੀਂ ਹੈਗਾ, ਕ੍ਰਿਸਮਿਸ ਮਨਾ ਸਕਦੇ ਨੇ, ਪਰ ਇੱਕ ਘਰ ਦੇ ਵਿੱਚ ਛੋਟੇ ਸਾਹਿਬਜ਼ਾਦੇ ਸ਼ਹੀਦੀਆਂ ਦੇ ਰਹੇ ਨੇ, ਮੰਨ ਲਓ ਚਲੋ ਇੱਕ ਘਰ ਦੇ ਵਿੱਚ ਇੱਕ ਬੱਚਾ ਚੜ੍ਹਾਈ ਕਰ ਜਾਵੇ, ਨਾਲ ਦੇ ਘਰ 'ਚ ਵਿਆਹ ਹੋਵੇ, ਕੀ ਉਹ ਡੀਜੇ ਲਾਉਂਦੇ ਚੰਗੇ ਲੱਗਦੇ ਨੇ ਜੀ? ਤੁਸੀਂ ਸੋਚੋ 7 ਸਾਲ ਦਾ ਅਤੇ 9 ਸਾਲ ਦੇ ਦੋ ਮਾਸੂਮ ਬੱਚੇ ਚੜ੍ਹਾਈ ਕਰ ਜਾਣ ਘਰ ਦੇ ਵਿੱਚ, ਅਤੇ ਨਾਲ ਗਵਾਂਢੀ ਡੀਜੇ ਲਾ ਲਾ ਨੱਚਣ, ਨਹੀਂ ਅਸੀਂ ਉਹਨਾਂ ਦੀ ਖੁਸ਼ੀ ਤੋਂ ਨਹੀਂ ਕਹਿੰਦੇ, ਖੁਸ਼ੀ ਸਾਰੇ ਜਿਹੜਾ ਮਨਾਉਣ ਕ੍ਰਿਸਚਨ ਭਾਈਚਾਰੇ ਨੂੰ, ਸਾਰੇ ਨੂੰ
ਜਿਹੜਾ ਖੁਸ਼ੀਆਂ ਮਨਾ ਲੈਣ। ਪਰ ਅਸੀਂ ਕਹਿੰਦੇ ਜੇ ਦੋ ਕੁ ਦਿਨ ਸਾਰੇ ਭੈਣ ਭਰਾ ਖੜ ਜਾਣ ਨਾ, ਜਿਵੇਂ ਫੰਕਸ਼ਨ ਨੇ ਮੰਨ ਲਓ ਕ੍ਰਿਸਚਨ ਭਾਈਚਾਰੇ ਦੇ ਫੰਕਸ਼ਨ ਚੱਲ ਰਹੇ ਨੇ ਜਿਹੜੇ, ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਹਾਂ, ਸਾਡੇ ਨਾਲ ਬੜੇ ਵੀਰ ਭਰਾ ਜੁੜੇ ਨੇ ਸੰਸਥਾ ਦੇ ਵਿੱਚ, ਵੀ ਜੇਕਰ ਆਪਾਂ ਸਵਾ ਵਾਲੇ 3 ਦਿਨਾਂ ਤੋਂ ਬਾਅਦ ਜੇ ਫੰਕਸ਼ਨ ਰੱਖੀਏ ਤਾਂ ਜਿਹੜਾ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਇਕੱਠੇ ਹੋ ਕੇ ਜਿਹੜਾ ਕ੍ਰਿਸਚਨ ਨੂੰ ਮਨਾਇਆ ਜਾ ਸਕਦਾ, ਪਰ ਅੱਜ ਦੁੱਖ ਦੀ ਘੜੀ ਐਸੀ ਆ ਜੀ, ਇੱਥੇ ਜਿਹੜਾ ਖੁਸ਼ੀ ਨਹੀਂ ਮਨਾਈ ਜਾ ਸਕਦੀ, ਕਿਉਂਕਿ ਇੱਥੇ ਸ਼ਹੀਦੀਆਂ ਹੋਈਆਂ ਨੇ ਵੀਰੇ, ਇੱਥੇ ਕਾਹਦੀ ਖੁਸ਼ੀ ਜੀ, ਮਤਲਬ ਯਾਦ ਕੀਤਾ ਜਾ ਸਕਦਾ ਉਹਨਾਂ ਦੇ ਕੀਤੇ ਕੰਮਾਂ ਨੂੰ ਯਾਦ ਕਰੀਏ, ਅਸੀਂ ਸਿੱਖੀਏ ਅੱਗੇ ਵਧੀਏ। ਜੀ ਬਿਲਕੁਲ, ਦੇਖੋ ਉਹਨਾਂ ਨੇ ਆਪਾਂ ਨੂੰ ਸੁਨੇਹਾ ਦਿੱਤਾ ਸੀ ਪਹਿਲਾਂ ਆਪਾਂ ਆਪਣੇ 'ਤੇ ਲਾਗੂ ਕਰਨਾ, ਕਾਫੀ ਭੈਣ ਭਰਾ ਜਿਹੜਾ ਇਹ ਜਿਵੇਂ ਭੁੰਜੇ ਵੀ ਪੈਂਦੇ ਨੇ ਦਿਨਾਂ ਦੇ ਵਿੱਚ, ਅਸੀਂ ਕਹਿੰਦੇ ਵੀ ਪਹਿਲਾਂ ਆਪਾਂ ਨੂੰ ਨਾ ਆਪਣਾ ਮਨ ਧੋਣ ਦੀ ਲੋੜ ਆ, ਭੁੰਜੇ ਪੈਣ ਦੇ ਨਾਲ ਨਾਲ ਆਪਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੀ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਉਹੀ ਸਿੱਧਕ ਦੇ ਦਿਓ ਜਿਹੜਾ ਬਾਬਾ ਅਜੀਤ ਸਿੰਘ ਜੀ ਨੂੰ ਦਿੱਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਅਰਦਾਸ ਆ, ਸਾਨੂੰ ਉਹੀ ਦੇ ਦਿਓ ਜਿਹੜਾ ਛੋਟੇ ਸਾਹਿਬਜ਼ਾਦਿਆਂ ਨੂੰ ਮਹਾਰਾਜ ਅੱਗੇ ਅਰਦਾਸਾਂ ਨੇ ਵੀਰੇ, ਜਦੋਂ ਆਪਾਂ ਅਰਦਾਸ ਸੱਚੇ ਦਿਲੋਂ ਕਰਾਂਗੇ ਨਾ ਫਿਰ ਸੱਚੇ ਪਾਤਸ਼ਾਹ ਵਾਹਿਗੁਰੂ ਸੁਣਦਾ ਵੀਰੇ। ਇਸ ਕਰਕੇ ਬੜੀ ਵੱਡੀ ਧਰਤੀ ਆ ਸਾਡੇ ਲਈ, ਜਿਹੜੇ ਵਿਦੇਸ਼ਾਂ 'ਚ ਵੀ ਜਿਹੜੇ ਸਾਡੇ ਭੈਣ ਭਰਾ ਗਏ ਨੇ, ਅਸੀਂ ਉਹਨਾਂ ਅੱਗੇ ਵੀ ਬੇਨਤੀ ਕਰਦੇ ਹਾਂ ਤੁਸੀਂ 10 ਦਿਨ ਨੂੰ ਆਓ, 20 ਦਿਨ ਨੂੰ ਆਓ, ਮਹੀਨੇ ਨੂੰ ਆਓ, ਪਰ ਤੁਸੀਂ ਆਪਣੇ ਪਰਿਵਾਰਾਂ ਨੂੰ ਇੱਕ ਵਾਰੀ ਫਤਿਹਗੜ੍ਹ ਸਾਹਿਬ ਜ਼ਰੂਰ ਲੈ ਕੇ ਆਓ, ਜਿਹੜੀ ਉਹ ਗੜੀ ਆ ਚਮਕੌਰ ਸਾਹਿਬ ਦੀ। ਅਸੀਂ ਕਿਹ ਵੀ ਬੇਨਤੀ ਕਰਦੇ ਹਾਂ ਵੀ ਜਿਹੜੀ ਪੁਰਾਤਨ ਚੀਜ਼ਾਂ ਹੁੰਦੀਆਂ ਨੇ ਜੇਕਰ ਉਹਨਾਂ ਨੂੰ ਉੱਦਾਂ ਹੀ ਰੱਖਿਆ ਜਾਵੇ ਨਾ ਵੀਰੇ, ਜੇਕਰ ਅੱਜ ਵੀਰੇ ਚਮਕੌਰ ਦੀ ਗੜੀ ਹੁੰਦੀ ਤਾਂ ਆਪਾਂ ਅੱਜ ਆਪਣੇ ਬੱਚਿਆਂ ਨੂੰ ਨਾ ਦਿਖਾਉਂਦੇ ਵੀ ਆਹ ਉਹ ਗੜੀ ਆ, ਜੇਕਰ ਅੱਜ ਉਹੀ ਸਮਾਂ ਉੱਦਾਂ ਦਾ ਹੀ ਜਿਹੜੀ ਇਹ ਫਤਿਹਗੜ੍ਹ ਸਾਹਿਬ ਦੀ ਸਾਰੀ ਜਿਹੜੀ ਇਮਾਰਤ ਰੱਖੀ ਜਾਂਦੀ ਤਾਂ ਉਹਦੇ ਨਾਲ ਫਿਰ ਅਸੀਂ ਮਤਲਬ ਸਾਨੂੰ ਹੋਰ ਵੀ ਮਾਣ ਮਹਿਸੂਸ ਹੁੰਦਾ ਵੀ ਇੱਥੇ ਸਾਡੇ ਜਿਹੜੇ ਛੋਟੇ ਸਾਹਿਬਜ਼ਾਦੇ ਉਹ ਜ਼ੁਲਮ ਦੇ ਨਾਲ ਜਿਹੜੇ ਖਿਲਾਫ ਲੜੇ ਨੇ, ਮਤਲਬ ਡੋਲੇ ਨੇ। ਇਸ ਕਰਕੇ ਸਾਨੂੰ ਸਾਰਿਆਂ ਨੂੰ ਕ੍ਰਿਸਚਨ ਦੀ ਤੁਸੀਂ ਗੱਲ ਕੀਤੀ ਵੀਰਾ ਜੀ, ਦੁਬਾਰਾ ਫਿਰ ਅਸੀਂ ਐਡ ਕਰ ਦਿੰਦੇ ਹਾਂ, ਸਾਨੂੰ ਕਿਸੇ ਦੀ ਖੁਸ਼ੀ ਤੋਂ ਕੋਈ ਦਿੱਕਤ ਨਹੀਂ, ਪਰ ਜਦੋਂ ਦੁੱਖ ਦੀ ਘੜੀ ਆ ਸਾਨੂੰ ਸਾਡੇ ਨਾਲ ਖੜਨ ਦਾ ਟਾਈਮ ਆ ਉਹਨਾਂ ਦਾ ਵੀ ਉਹ ਕ੍ਰਿਸਚਨ ਭਾਈਚਾਰਾ ਫਤਿਹਗੜ੍ਹ ਸਾਹਿਬ ਆ ਕੇ ਨਤਮਸਤਕ ਹੋਣ ਉਰੇ ਆ ਕੇ ਅਰਦਾਸ ਕਰਨ ਮਹਾਰਾਜ, ਔਰ ਉਸ ਬੱਚਿਆਂ ਦੇ ਨਾਲ ਜਿਹੜਾ ਮਹਾਰਾਜ ਦੇ ਅੱਗੇ ਚਰਨਾਂ 'ਚ। ਦੂਜੀ ਗੱਲ ਵੀਰੇ, ਜਦੋਂ ਆਪਣੀ ਜਿਹੜੀ ਸਭਾ ਲੰਘ ਜੂਗੀ, ਸ਼ਹੀਦੀ ਦਿਹਾੜੇ ਲੰਘ ਜਾਣਗੇ ਤਾਂ ਉਸ ਤੋਂ ਬਾਅਦ ਸਾਰਾ ਸਿੱਖ ਭਾਈਚਾਰਾ ਵੀ ਰਲ ਕੇ ਇਹਨਾਂ ਨਾਲ ਖੁਸ਼ੀ ਦਾ ਜਿਹੜਾ ਮਾਹੌਲ ਜਿਹੜਾ ਬਣ ਸਕਦਾ ਵੀਰੇ। ਇਸ ਕਰਕੇ ਸਾਨੂੰ ਇੱਕ ਦੂਜੇ ਨਾਲ ਤਾਲਮੇਲ ਬਣਾਉਣ ਦੀ ਲੋੜ ਆ। ਕੁਛ ਕੁ ਜਿਹੜੇ ਵੀਰੇ ਆਗੂ ਹੁੰਦੇ ਨੇ ਨਾ ਜੀ, ਉਹਨਾਂ ਨੇ ਨਾ ਸਾਨੂੰ ਉਲਝਾ ਰੱਖਿਆ ਵੀਰੇ, ਉਹਨਾਂ 'ਚ ਨਹੀਂ ਪੈਣਾ ਜੀ ਆਪਾਂ ਨੇ, ਆਪਾਂ ਤਾਂ ਗੁਰੂ ਅੱਗੇ ਅਰਦਾਸ ਕਰਨੀ ਆ, ਗੁਰੂ ਤੋਂ ਮਿਲਣਾ ਸਾਰਾ ਕੁਝ। ਇਹ ਪੁਰਾਤਨ ਜਿਹੜੀ ਗੱਲ ਕੀਤੀ ਹੈ ਕਿ ਇਮਾਰਤਾਂ ਪੁਰਾਤਨ ਸਰਕਾਰਾਂ ਨੂੰ ਸਾਂਭਣੀਆਂ ਚਾਹੀਦੀਆਂ ਉਸੇ ਤਰ੍ਹਾਂ ਹੁਣ ਤਾਂ ਹੀ ਸਾਡੇ ਬੱਚੇ ਸਿੱਖ ਸਕਣਗੇ। ਜਿਵੇਂ ਆਪਾਂ ਜਲਿਆਂ ਵਾਲੇ ਬਾਗ ਦੀ ਗੱਲ ਕਰਦੇ ਹਾਂ, ਜਲਿਆਂ ਵਾਲਾ ਬਾਗ ਪਹਿਲਾਂ ਕੁਝ ਹੋਰ ਸੀ, ਹੁਣ ਕੁਝ ਹੋਰ ਹੈ। ਉੱਥੇ ਗੋਲੀਆਂ ਦੇ ਨਿਸ਼ਾਨ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ, ਜਿੱਥੋਂ ਜਾ ਕੇ ਬੱਚੇ ਸਿੱਖਦੇ ਸੀ, ਸਾਡੇ ਇੱਥੇ ਹਮਲਾ ਹੋਇਆ ਸੀ, ਅੰਗਰੇਜ਼ਾਂ ਨੇ ਕੀਤਾ ਸੀ, ਮਾਪੇ ਦੱਸਦੇ ਸੀ, ਤਾਂ ਤੁਸੀਂ ਉਸੇ ਤਰ੍ਹਾਂ ਹੀ ਚਮਕੌਰ ਦੀ ਗੜੀ ਬਾਰੇ ਦੱਸ ਰਹੇ ਹੋ। ਜੀ ਬਿਲਕੁਲ, ਮੰਨ ਲਓ ਵੀਰੇ ਚਮਕੌਰ ਸਾਹਿਬ ਦੀ ਗੜੀ ਅੱਜ ਉੱਦਾਂ ਹੀ ਹੁੰਦੀ ਤਾਂ ਆਪਾਂ ਜਾ ਕੇ ਜਦੋਂ ਦੇਖਦੇ ਵੀ ਭਾਈ ਇੱਥੇ ਕੁਝ ਕੁ ਸਿੰਘਾਂ ਨੇ, ਲੱਖਾਂ ਦੀ ਜਿਹੜੀ ਗਿਣਤੀ ਸੀਗੀ, ਉਹ ਕੀ ਚਾਹੁੰਦੇ ਸੀ, ਗੁਰੂ ਸਾਹਿਬ ਨੂੰ ਫੜਨਾ ਚਾਹੁੰਦੇ ਸੀਗੇ, ਪਰ ਉਹ ਮਰਦ ਗੰਬੜਾ ਵੀਰੇ ਯੋਧਾ, ਅਸੀਂ ਉਹਦੇ ਬੱਚੇ ਹਾਂ, ਉਹਨਾਂ ਤੋਂ ਸਿੱਖਣ ਦੀ ਲੋੜ ਆ। ਗੜੀ ਉੱਦਾਂ ਹੋਊਗੀ ਨਾ ਤਾਂ ਹੋਰ ਵੀ ਜਿਹੜੀ એનર્ਜੀ ਮਿਲੂਗੀ। ਗੁਰੂ ਸਾਹਿਬ ਕਿਰਪਾ ਕਰਨ, ਆਪਾਂ ਤਾਂ ਅਰਦਾਸਾਂ ਕਰ ਸਕਦੇ ਹਾਂ, ਪਰ ਜਿਹੜੇ ਵੀਰ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਕਰਦੇ ਨੇ, ਆਪਾਂ ਨੂੰ ਢਾਈ ਨਾ। ਠੰਡਾ ਬੁਰਜ ਵੀਰ ਜੀ ਪਹਿਲਾਂ ਹੋਰ ਤਰ੍ਹਾਂ ਦਾ ਸੀਗਾ ਜੋ ਪੁਰਾਤਨ ਸੀਗਾ, ਸਾਡੀ ਮਤਲਬ ਨੌਜਵਾਨਾਂ ਦਾ ਇਹ ਕਹਿਣਾ ਵੀ ਜੇ ਆਪਾਂ ਉੱਦਾਂ ਹੀ ਰੱਖ ਲੈਂਦੇ ਤਾਂ ਮਤਲਬ ਕਿੱਡੀ ਵੱਡੀ ਗੱਲ ਜਿਹੜੀ ਹੋ ਜਾਣੀ ਸੀਗੀ, ਔਰ ਜਿਹੜਾ ਸਾਡੇ ਬੱਚਿਆਂ ਨੂੰ ਵੀ ਅੱਗੇ ਸੇਧ ਮਿਲਣੀ ਸੀ, ਕਿਉਂਕਿ ਕਦੇ ਨਾ ਕਦੇ ਤਾਂ ਦਿਮਾਗ 'ਚ ਪੈਂਦੀ ਆ ਨਾ, ਅਸੀਂ ਵੀ ਵੀਰੇ ਭੜਕ ਚੁੱਕੇ ਸੀ, ਅਸੀਂ ਵੀ ਜਿਹੜਾ ਫੈਸ਼ਨ ਦੀ ਦੁਨੀਆ 'ਚ ਗਲਤਾਨ ਸੀਗੇ ਨੌਜਵਾਨ, ਪਰ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਵੀਰੇ ਐਸੀ ਕਿਰਪਾ ਕੀਤੀ ਮਹਾਰਾਜ ਨੇ, ਜਿਹੜਾ ਸਾਨੂੰ ਇਸ ਰਸਤੇ ਤੋਰਿਆ, ਔਰ ਮਹਾਰਾਣਾ ਜਿਹੜਾ ਧੰਨਵਾਦ ਸਾਨੂੰ ਜਿਹੜਾ ਕੇਸ ਜੜਾ ਮਹਾਰਾਜ ਨੇ ਦਿੱਤਾ, ਔਰ ਅਸੀਂ ਸਾਰਿਆਂ ਲਈ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਦੇ ਧੀਆਂ ਪੁੱਤਾਂ ਨੂੰ ਜਿਹੜਾ ਇਹ ਕੇਸ ਜੜਾ ਬਖਸ਼ੇ ਪ੍ਰਮਾਤਮਾ, ਔਰ ਆਪਾਂ ਸਭਾ 'ਤੇ ਆਏ ਹਾਂ ਇਹ ਜ਼ਰੂਰ ਅਰਦਾਸ ਕਰਕੇ ਜਾਣੀ ਆ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਸਾਰੀ ਨੌਜਵਾਨ ਸਾਰੀਆਂ ਭੈਣਾਂ ਸਾਡੀਆਂ ਸਾਰਿਆਂ ਦੇ ਸਿਰ 'ਤੇ ਮਿਹਰ ਪ੍ਰਿਆਤ। ਅੱਛਾ, ਜਿੱਥੇ ਲੰਗਰ ਲੱਗ ਰਹੇ ਨੇ, ਵੱਖ ਵੱਖ ਪਿੰਡਾਂ ਤੋਂ ਜਿਹੜੇ ਲੋਕ ਆਏ ਨੇ, ਸੰਗਤ ਆਈ, ਉਹ ਲੰਗਰ ਲਾਉਂਦੀ ਆ, ਗੁਰੂ ਸਾਹਿਬ ਨੇ ਸ਼ਬਦ ਦੀ ਵੀ ਗੱਲ ਕੀਤੀ ਆ ਕਿ ਸ਼ਬਦ ਗੁਰੂ ਆ, ਤਾਂ ਸ਼ਬਦ ਦਾ ਲੰਗਰ ਵੀ, ਗਿਆਨ ਪ੍ਰਚਾਰ ਦਾ ਲੰਗਰ ਵੀ ਲੱਗਣਾ ਚਾਹੀਦਾ। ਜੀ ਬਿਲਕੁਲ, ਇੱਥੇ ਸਾਡੇ ਕਮੀ ਰਹਿ ਗਈ ਵੀਰੇ, ਜਿਵੇਂ ਆਪਣੇ ਸਕੂਲਾਂ 'ਚ ਬੱਚੇ ਪੜ੍ਹਦੇ ਨੇ, ਉਹਨਾਂ ਨੂੰ ਉੱਥੋਂ ਤੋੜ ਲਿਆ ਗਿਆ, ਉਹਨਾਂ ਨੂੰ ਵੀਰੇ ਸੁਣਾਇਆ ਦਿਖਾਇਆ ਕੀ ਜਾਂਦਾ, ਹੀਰ ਅਤੇ ਰਾਂਝਾ, ਸੱਸੀ ਪੰਨੂ ਤਾਂ ਪੜ੍ਹਾਇਆ ਜਾ ਰਿਹਾ 12ਵੀਂ 10ਵੀਂ ਦੇ ਵਿੱਚ,
ਪਰ ਵੀਰੇ ਜਿਹੜੇ ਯੋਧਿਆਂ ਦੀਆਂ ਜਿਹੜੀਆਂ ਵਾਰਾਂ ਸੁਣਾਉਣੀਆਂ ਸੀ ਨਾ ਸਾਨੂੰ ਕਿਤਾਬਾਂ 'ਚ ਲਿਖ ਕੇ, ਆਪਾਂ ਕਹਿ ਦਿੰਦੇ ਹਾਂ ਵੀ ਬੱਚੇ ਨੂੰ ਹੁਣ ਜੇ ਤੁਸੀਂ ਕਈ ਵਾਰੀ ਬੱਚੇ ਦੇ ਮੂਹਰੇ ਮੈਕ ਕਰੋ ਵੀ ਦੱਸ ਭਾਈ ਫਲਾਣਾ ਇਤਿਹਾਸ ਕੀ ਹੈ, ਇੱਥੇ ਦਾ ਇਤਿਹਾਸ ਕੀ, ਉਹ ਕਿੱਦਾਂ ਦੱਸੂਗਾ ਵੀਰੇ? ਕਿਉਂਕਿ ਉਹਨੂੰ ਸਕੂਲ ਦੇ ਵਿੱਚ ਤਾਂ ਹੀਰ ਰਾਂਝਾ ਸੱਸੀ ਪੰਨੂ ਪੜ੍ਹਾਇਆ ਜਾ ਰਿਹਾ, ਅਤੇ ਉਹ ਕਦ ਚਮਕੌਰ ਸਾਹਿਬ ਦੀ ਗੜੀ ਦੀ ਗੱਲ ਕਰੂੰ, ਉਹ ਕਦ ਯਕੀਨ ਮੰਨੂਗਾ ਵੀ ਉਹ 1.25 ਲੱਖ ਨਾਲ ਵੀ ਸਿੰਘ ਲੜਦਾ ਦੀ? ਇਸ ਕਰਕੇ ਸਾਡੇ ਬੱਚਿਆਂ ਨੂੰ ਔਰ ਜਿਹੜੇ ਭੈਣ ਭਰਾਵਾਂ ਕੋਲ ਗੁਰੂ ਸਾਹਿਬ ਜੀ ਦਿੱਤੀ ਪਾਵਰ ਆ, ਉਹ ਇੱਕ ਇਹੋ ਜਿਹੇ ਸਕੂਲ ਵੀ ਬਣਾਉਣ ਜਿਹ 'ਚ ਸਾਡੇ ਬੱਚੇ ਪੜ੍ਹ ਸਕਣ, ਸਾਡੇ ਬੱਚੇ ਨੂੰ ਪਹਿਲਾਂ ਤੋਂ ਹੀ ਪਤਾ ਹੋਵੇ ਵੀ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ ਕੌਣ ਸੀ ਅਤੇ ਨੀਹਾਂ ਦੇ ਵਿੱਚ ਹੋਇਆ ਕੀ ਔਰ ਕੀ ਸਾਡਾ ਇਤਿਹਾਸ ਆ, ਅਤੇ ਫਿਰ ਉਦੋਂ ਜੇ ਤੁਸੀਂ ਮੈਕ ਬੱਚੇ ਮੂਹਰੇ ਕਰੋਗੇ ਠਾ ਦੇਣੇ ਦੱਸੂਗਾ। ਇਸ ਕਰਕੇ ਸਾਨੂੰ ਪਹਿਲਾਂ ਤੋਂ ਹੀ ਜਿਹੜਾ ਪਲਾਨ ਦੇ ਤਹਿਤ ਨਾ ਵੀਰੇ ਸਾਨੂੰ ਪਹਿਲਾਂ ਤੋਂ ਹੀ ਹੀਰ ਰਾਂਝੇ ਵਾਲੇ ਪਾਸੇ ਤੋਰਤਾ, ਔਰ ਗੁਰੂ ਕਿਰਪਾ ਕਰੇ ਕੋਈ ਇਹੋ ਜਿਹਾ ਪਾਵਰ ਦੇਵੇ ਸਿੱਖਾਂ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ, ਵੀ ਕੋਈ ਇੱਦਾਂ ਦੇ ਸਕੂਲ ਹੋਣ ਵੱਖ ਵੱਖ ਜ਼ਿਲ੍ਹਿਆਂ 'ਚ ਜਿੱਥੇ ਬੱਚਿਆਂ ਨੂੰ ਜਿਹੜਾ ਸਿੱਖੀ ਦੀ ਪੜ੍ਹਾਈ ਕਰਾਈ ਜਾ ਸਕੇ ਵੀਰੇ, ਤਾਂ ਜੋ ਉਹਨਾਂ ਦੀ ਜਿਹੜੀ ਸੋਚ ਦੇ ਵਿੱਚ ਹੀਰ ਰਾਂਝਾ ਨਿਕਲ ਕੇ ਜਿਹੜਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਵੇ। ਜਦੋਂ ਸ਼ਹਾਦਤ ਆਉਂਦੀ ਆ ਨਾ ਵੀਰੇ, ਫਿਰ ਬੰਦਾ ਜਿਹੜਾ ਕਹਿ ਦਈਏ ਗੁਰੂ ਅੱਗੇ ਹੀ ਨਤਮਸਤਕ ਹੋ ਜਾਂਦਾ, ਗੁਰੂ ਅੱਗੇ ਸੀਸ ਧਾਰ ਦਿੰਦਾ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਜੋ ਹੈਗਾ ਤੇਰਾ, ਕਿਉਂਕਿ ਜਦੋਂ ਸ਼ਹਾਦਤ ਦੀ ਗੱਲ ਆਉਂਦੀ, ਕਿਉਂਕਿ ਸ਼ਹਾਦਤਾਂ ਨੇ ਨਾ ਵੀਰੇ, ਵੈਸੇ ਕਈ ਹੁਣ ਜਿਵੇਂ ਮਾਤਮ ਦੀ ਗੱਲ ਹੋਈ ਤੀ ਵੀ ਮਾਤਮ ਦਾ ਬਿਗਲ ਉਹ ਕੋਈ ਜਿਹੜੀ ਗੱਲ ਹੋਈ ਵੀ ਉਹ ਵੱਜੂਗਾ, ਇਹ ਤਾਂ ਵੀਰੇ ਚੜ੍ਹਦੀ ਕਲਾ ਦੀਆਂ ਗੱਲਾਂ ਨੇ ਵੀਰੇ। ਜਦੋਂ ਸ਼ਹੀਦੀ ਹੁੰਦੀ ਆ ਨਾ ਤਾਂ ਉਦੋਂ ਤਾਂ ਫਿਰ ਜਕਾਰੇ ਛੱਡੇ ਜਾਂਦੇ ਨੇ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰ ਵਾਲਿਆਂ ਨੇ ਵੀ ਕਿਹਾ ਸੀ ਵੀ ਭਾਈ ਜੇ ਸਾਡਾ ਕੋਈ ਇੱਦਾਂ ਦਾ ਹੋਇਆ ਤਾਂ 5 ਜਕਾਰੇ ਛੱਡ ਦਿਓ। ਇਸ ਕਰਕੇ ਤਾਂ ਜਕਾਰੇ ਛੱਡਣ ਦੀ ਲੋੜ ਆ, ਸੋਗ ਕੋਈ ਨਹੀਂ, ਸੋਗ ਤਾਂ ਗੁਰੂ ਸਾਹਿਬ ਨੇ ਨਹੀਂ ਕੀਤਾ, ਗੁਰੂ ਸਾਹਿਬ ਨੇ ਜਿਹੜਾ ਵੱਡੇ ਸਾਹਿਬਜ਼ਾਦਿਆਂ ਦੇ ਮੂਹਰ ਦੀ ਦੇਖ ਕੇ ਅੰਡਿਡ ਕੀਤਾ। ਮਹਾਰਾਜ ਕਹਿੰਦੇ ਹੋਰ ਬਹੁਤ ਨੇ, ਤੁਹਾਡੇ ਸਾਰਿਆਂ ਵਿੱਚੋਂ ਸਾਨੂੰ ਬੱਚੇ ਦੇਖਦੇ ਨੇ, ਇਸ ਕਰਕੇ ਸਾਨੂੰ ਸਿੱਖਣ ਦੀ ਲੋੜ ਹੈ। ਅਸੀਂ ਤਾਂ ਆਪ ਅਰਦਾਸ ਕਰਨਾ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਉਹ ਥੋੜ੍ਹਾ ਜਿਹਾ ਸਿੱਧਕ ਦੇ ਦੇਣ, ਅਸੀਂ ਉਹ ਸਿੱਖੀ ਦੇ ਰਸਤੇ ਚੱਲ ਸਕੀਏ ਔਰ ਸਾਡੇ ਭੈਣ ਭਰਾਵਾਂ ਨੂੰ ਸੇਧ ਦੇ ਸਕੀਏ। ਜਿਵੇਂ ਤੁਸੀਂ ਦੱਸਿਆ ਕਿ ਜੇ ਆਪਾਂ ਕਿਸੇ ਬੱਚੇ ਨੂੰ ਜਾਂ ਵੱਡੇ ਨੂੰ ਵੀ ਪੁੱਛ ਲੈਂਦੇ ਹਾਂ ਚਾਰ ਸਾਹਿਬਜ਼ਾਦਿਆਂ ਦੇ ਨਾਂ, 5 ਪਿਆਰਿਆਂ ਦੇ ਨਾਂ ਨਹੀਂ ਪਤਾ, ਇੱਥੇ ਕਈ ਵਾਰੀ ਇਹ ਵੀ ਗੱਲ ਹੋ ਜਾਂਦੀ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਅਸੀਂ ਜਾ ਕਿੱਥੇ ਰਹੇ ਹਾਂ। ਮੇਲੇ ਦੇ ਤੌਰ ਤੇ ਬਹੁਤੇ ਆ ਰਹੇ ਨੇ, ਹਾਲਾਂਕਿ ਸ਼ਹੀਦੀ ਦਿਨ ਨੇ, ਜਿਵੇਂ ਤੇ ਖੇਡਾਂ ਲੱਗੀਆਂ ਹੋਈਆਂ ਨੇ, ਝੂਲੇ ਲੱਗੇ ਹੋਏ ਨੇ, ਹਾਲਾਂਕਿ ਪਿਛਲੇ ਸਮੇਂ 'ਚ ਤਾਂ ਬਹੁਤ ਕੁਝ ਹੁੰਦਾ ਰਿਹਾ, ਉਹ ਬੰਦ ਕਰ ਦਿੱਤਾ ਪ੍ਰਸ਼ਾਸਨ ਵੱਲੋਂ, ਪਰ ਫਿਰ ਵੀ ਸਾਨੂੰ ਜਦੋਂ ਅਸੀਂ ਘਰੋਂ ਤੁਰਦੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਬੱਚਿਆਂ ਨੂੰ ਦੱਸ ਕੇ ਲਿਜਾਈਏ, ਇਤਿਹਾਸ ਬਾਰੇ ਥੋੜ੍ਹਾ ਥੋੜ੍ਹਾ ਤਾਂ ਜਾਣੂ ਕਰਕੇ ਲੈ ਕੇ ਜਾਈਏ? ਇਹ ਪਤਾ ਕੀ ਹੁੰਦਾ ਜੀ, ਮੈਂ ਆਪਣੀ ਗੱਲ ਕਰਾਂ ਵੀਰ ਜੀ, ਅੱਜ ਤੋਂ 10-15 ਸਾਲ ਪਹਿਲਾਂ ਅਸੀਂ ਵੀ ਮੇਲਾ ਸਮਝ ਕੇ ਆਉਂਦੇ ਸੀ, ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਹੈਗਾ ਵੀ ਭਾਈ ਉਰੇ ਸ਼ਹੀਦੀ ਕੀ ਹੋਈ ਆ, ਕੀ ਕਿਹੜੇ ਦਿਨ ਚੱਲਦੇ ਨੇ। ਇਸ ਕਰਕੇ ਗੱਲ ਉੱਥੇ ਆ ਗਈ, ਜਦੋਂ ਸਾਨੂੰ ਕੋਈ ਜੋੜੂਗਾ ਨਾ, ਜਦੋਂ ਦੱਸੂਗਾ ਤਾਂ ਇਹਨਾਂ ਬੱਚਿਆਂ ਨੂੰ ਦੱਸਣ ਦੀ ਫਿਰ ਲੋੜ ਨਹੀਂ ਪੈਣੀ। ਠੀਕ ਆ, ਜਿਹੜੀ ਨੌਜਵਾਨ ਪੀੜ੍ਹੀ ਤੋਂ ਨੀਚੇ ਜਿਵੇਂ 10-10, 12-12 ਸਾਲ ਦੇ ਬੱਚੇ ਨੇ, ਜਦੋਂ ਆਪਾਂ ਉਹਨਾਂ ਨੂੰ ਜੋੜਾਂਗੇ, ਅਤੇ ਜਿਹੜੇ ਆਪਣੇ ਵਰਗੇ ਜਿਵੇਂ 20-30-40-40 ਸਾਲ ਦੇ ਬੰਦੇ ਨੇ, ਜੇ ਉਹਨਾਂ ਨੂੰ ਵੀ ਯਾਦ ਨਾ ਹੋਵੇ, ਉਹਨਾਂ ਨੂੰ ਵੀ ਪਤਾ ਨਾ ਹੋਵੇ, ਫਿਰ ਤਾਂ ਸ਼ਰਮ ਦੀ ਗੱਲ ਆ। ਪਰ ਸਾਨੂੰ ਜੁੜਨ ਦੀ ਲੋੜ ਆ ਵੀਰੇ, ਕਿਉਂਕਿ ਸਾਡੀ ਬਹੁਤ ਵੱਡੀ ਧਰਤੀ ਆ ਵੀਰੇ, ਕਿਸੇ ਕੌਮ ਕੋਲ ਐਸੇ ਯੋਧੇ ਨਹੀਂ ਹੋਏ ਵੀਰੇ, ਕੋਈ ਕੌਮ ਬਾਂਹ ਖੜੀ ਕਰਕੇ ਕਹੇ ਵੀ ਕੋਈ 1.25 ਲੱਖ ਨਾਲ ਲੜਿਆ ਹੋਵੇ। ਮੈਂ ਕਹਿੰਦਾ ਵੀਰੇ, ਜੇ 5,000 ਦਾ ਵੀ ਘੇਰਾ ਪੈ ਜਾਏ ਨਾ, ਤੁਸੀਂ 5 ਬੰਦੇ ਸਾਡੇ, ਤੁਸੀਂ ਅਸੀਂ 10 ਜਾਣੇ ਖੜਦੇ ਹਾਂ, ਤੁਸੀਂ 2 ਜਾਣੇ ਨਿਕਲ ਕੇ ਦਿਖਾਓ ਵੀਰੇ, ਤਾਂ ਐਡੇ ਐਡੇ ਯੋਧੇ ਹੋਏ ਨੇ, ਇਹ ਤਾਂ ਮਾਣ ਨਾਲ ਸਾਡਾ ਜਿਹੜਾ ਸਿਰ ਉੱਚਾ ਹੁੰਦਾ ਇਹਨਾਂ ਦੀ ਸ਼ਹਾਦਤ ਅੱਗੇ, ਕਿਉਂਕਿ ਕਿਸੇ ਕੌਮ ਕੋਲ ਵੀਰੇ ਅਸੀਂ ਦੇਖੋ ਜੀਸਸ ਜੀ ਦੀ ਗੱਲ ਜੀ, ਮੈਂ ਆਪਾਂ ਕ੍ਰਿਸਚਨ ਜੀ ਦੀ ਕੀਤੀ, ਉਹਨਾਂ ਦੇ ਵਿੱਚ ਇੱਕ ਸ਼ਹਾਦਤ ਹੋਈ ਜਿਹਦੇ ਨਾਂ 'ਤੇ ਅੱਜ ਜਿਹੜਾ ਕ੍ਰਿਸਚਨ ਜਿਹੜਾ ਧਰਮ ਜਿਹੜਾ ਚੱਲ ਰਿਹਾ ਉਹ ਸ਼ਹਾਦਤ ਨੂੰ ਮੁੱਕ ਰੱਖਿਆ, ਅਤੇ ਸਾਡੇ ਕੋਲ ਤਾਂ ਵੀਰੇ ਪੈਰ ਪੈਰ 'ਤੇ ਸ਼ਹਾਦਤਾਂ ਨੇ, ਅਤੇ ਸਾਡੇ ਨੌਜਵਾਨ ਨਾ ਭੜਕਣ, ਜਿਹੜਾ ਕੇਸ ਦਾੜਾ ਜ਼ਰੂਰ ਰੱਖ ਲੈਣ ਵੀਰੇ, ਗੁਰੂ ਕਿਰਪਾ ਕਰੇ ਆਪਾਂ ਨੂੰ ਜਿਹੜਾ ਨਿਭਜੇਵੇ, ਕਿਉਂਕਿ ਵੀਰੇ ਇਹ ਹੈਗੀ ਮਾਣ ਦੀ ਗੱਲ ਵੀ ਮੈਂ ਨਿਭਾ ਦੂੰਗਾ, ਮੈਂ ਗੁਰਬਾਣੀ ਪੜ੍ਹ ਦੂੰਗਾ, ਮੈਂ ਮਾਣ ਦੀ ਗੱਲ ਆ ਵੀਰੇ, ਇਹ ਤਾਂ ਗੁਰੂ ਅੱਗੇ ਆਪਾਂ ਅਰਦਾਸ ਕਰਨੀ ਆ। ਮੈਂ ਕਹਿੰਦਾ ਤੁਸੀਂ ਸੱਚੇ ਦਿਲੋਂ ਅਰਦਾਸ ਕਰੋ, ਜੇ ਨਾ ਪੂਰੀ ਹੋਵੇ ਤਾਂ ਤੁਸੀਂ ਗੱਲ ਕਰਿਓ, ਇਹ ਹੋ ਹੀ ਨਹੀਂ ਸਕਦਾ ਵੀ ਸੱਚੇ ਦਿਲੋਂ ਕੀਤੀ ਅਰਦਾਸ ਨਾ ਪੂਰੀ ਹੋਵੇ ਵੀਰੇ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ, ਬਹੁਤ ਬਹੁਤ ਧੰਨਵਾਦ, ਕੋਈ ਗਲਤੀ ਹੋਵੇ ਮਾਫੀ ਦਿਓ, ਬੜਾ ਦੁੱਖ ਦੀ ਘੜੀ ਆ ਸਾਡੇ 'ਤੇ, ਮਤਲਬ ਇਹ ਸੋਗ ਵੀ ਅੰਦਰ ਵਿਰਾਗ ਵੀ ਹੈਗਾ ਅਤੇ ਚੜ੍ਹਦੀ ਕਲਾ ਦੇ ਚਕਾਰੇ ਵੀ ਹੈਗੇ ਨੇ। ਸਾਰੀ ਸੰਗਤ ਦੀ ਧੰਨਵਾਦ, ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਸਿੱਖੀ ਜੀਵਨ ਬਖਸ਼ੇ,
ਔਰ ਅਸੀਂ ਪਟਿਆਲੇ ਤੋਂ ਭਾਦਸੋ ਰੋਡ ਲਚਕਾਣੀ ਪਿੰਡ ਦੇ ਵਿੱਚ ਇੱਕ ਆਸ਼ਰਮ ਚਲਾਉਂਦੇ ਹਾਂ, ਉੱਥੇ ਰੱਬੀ ਰੂਹਾਂ ਨੇ ਵੀਰੇ ਜਿਨ੍ਹਾਂ ਨੂੰ ਫੈਮਲੀਆਂ ਨੇ ਵੀ ਛੱਡਤਾ ਵੀਰੇ, ਇਸ ਕਰਕੇ ਉਹਨਾਂ ਦੇ ਦਰਸ਼ਨ ਕਰਨ ਸੰਗਤ ਜ਼ਰੂਰ ਆਇਆ ਕਰੇ, ਆਉਂਦੇ ਜਾਂਦੇ ਇੱਦਾਂ ਦੇ ਨਾਲ ਤੁਹਾਡਾ ਸਮਾਂ ਜ਼ਰੂਰ ਬਿਤਾ ਕੇ ਆਪ ਜੀ ਵੀ ਉੱਥੇ ਆਉਂਦੇ ਹੋ। ਦਿਲੋਂ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।